ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ 'ਕੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਦੇ ਵਿੱਚ ਆ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਫਕੀਰ ਬਾਬਾ ਰਿਹਾ ਕਰਦਾ ਸੀ ਉਹ ਜਿਸ ਕਿਸੇ ਦੇ ਵੀ ਘਰ ਜਾਇਆ ਕਰਦਾ ਇੱਕ ਗੱਲ ਕਿਹਾ ਕਰਦਾ ਵੀ ਕਦੇ ਵੀ ਤਿੰਨ ਚੀਜ਼ਾਂ ਕਿਸੇ ਨੂੰ ਨਾ ਦਵੋ ਪਰ ਉਹਨਾਂ ਤੋਂ ਕੋਈ ਨਹੀਂ ਸੀ ਪੁੱਛਦਾ ਵੀ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਤੇ ਨਾ ਹੀ ਉਹ ਫਕੀਰ ਬਾਬਾ ਅੱਗੋਂ ਕਿਸੇ ਨੂੰ ਦੱਸਿਆ ਕਰਦਾ ਸੀ ਉਸ ਪਿੰਡ ਦੇ ਵਿੱਚ ਇੱਕ ਸੇਠ ਸੀ ਉਹ ਸੇਠ ਦੇ ਘਰ ਜਦੋਂ ਜਾਇਆ ਕਰਦਾ ਤੇ ਉਸ ਘਰ ਦੇ ਅੱਗੇ ਉੱਚੀ ਉੱਚੀ ਬੋਲਿਆ ਕਰਦਾ ਤਿੰਨ ਚੀਜ਼ਾਂ ਕਿਸੇ ਨੂੰ ਨਾ ਦਵੋ ਤਿੰਨ ਚੀਜ਼ਾਂ ਕਿਸੇ ਨੂੰ ਨਾ ਦਵੋ ਪਰ सेठ ਦੇ ਘਰ ਦਾ ਵੀ ਕੋਈ ਜੀ ਕਦੀ ਨਹੀਂ ਸੀ ਪੁੱਛਦਾ ਵੀ ਬਾਬਾ ਕਿਹੜੀਆਂ ਤਿੰਨ ਚੀਜ਼ਾਂ ਕਹਿੰਦੇ ਕੁਝ ਸਮਾਂ ਲੰਘਿਆ ਤੇ ਕਹਿੰਦੇ ਉਸ ਨਗਰ ਦੇ ਵਿੱਚ ਕਾਲ ਪੈ ਗਿਆ ਹੁਣ ਕੀ ਸੀ सेठ ਕੋਲ ਪੈਸੇ ਬਹੁਤ ਸੀ ਹੁਣ ਚਿੜੀਆਂ ਪੰਛੀਆਂ ਨੂੰ ਵੀ ਪਾਣੀ ਨਹੀਂ ਸੀ ਮਿਲਦਾ ਪਿਆ ਉਹ ਵੀ ਹੁਣ ਤਰਾਸ ਤਰਾਸ ਕਰਕੇ ਆਪਣੀ ਜਾਨ ਦੇਣ ਦੇ ਸਨ ਲੋਕਾਂ ਨੂੰ ਪਾਣੀ ਨਹੀਂ ਸੀ ਮਿਲਦਾ ਪਿਆ ਉਹ ਕੀ ਕਰਦਾ ਵੀ ਬੜੇ ਸਾਰੇ ਖੂਹ ਪਟਮਾਨ ਲੀ ਲੋਕਾਂ ਨੂੰ ਲਾ ਦਿੰਦਾ ਪਰ ਜਿਹੜਨੇ ਵੀ ਖੂਹ ਪੱਟੇ ਜਾਂਦੇ ਨੇ ਕਿਸੇ ਦੇ ਵਿੱਚੋਂ ਪਾਣੀ ਨਹੀਂ ਨਿਕਲਦਾ ਉਹ ਹੈਰਾਨ ਤੇ ਪਰੇਸ਼ਾਨ ਹੋ ਕੇ ਉਹ ਫਕੀਰ ਬਾਬੇ ਦੇ ਕੋਲ ਗਿਆ। ਫਕੀਰ ਬਾਬਾ ਕਹਿੰਦਾ ਪਾਣੀ ਤੇ ਆ ਜਾਏਗਾ ਪਰ ਉਹਦੇ ਲਈ ਤੈਨੂੰ ਕੁਝ ਦੇਣਾ ਪਵੇਗਾ। ਉਹ ਕਹਿੰਦਾ ਜੀ ਮੈਂ ਦੇਣ ਲਈ ਤਿਆਰ ਆ। ਫਕੀਰ ਬਾਬਾ ਕਹਿੰਦਾ ਸੋਚ ਲੈ ਜੇ ਦੇ ਸਕੇਗਾ। ਕਹਿੰਦਾ ਕੋਈ ਨਾ ਜੀ ਮੈਂ ਦੇ ਦਾਂਗਾ। ਫਕੀਰ ਪਾਪਾ ਕਹਿੰਦਾ ਐਵੇਂ ਕਰ ਜਾਂ ਤਾਂ ਆਪਣੇ ਵੱਡੇ ਪੁੱਤ ਦੀ ਉੱਥੇ ਜਾ ਕੇ ਤੂੰ ਬਲੀ ਦੇ ਦੇ ਜਾਂ ਆਪਣੀ ਨੂੰਹ ਦੀ ਦੇ ਦੇ ਤੇ ਹਰ ਥਾਂ ਪਾਣੀ ਹੀ ਪਾਣੀ ਹੋ ਜਾਏਗਾ। ਉਹ ਕਹਿੰਦਾ ਇਹ ਸੁਣ ਕੇ ਤੇ ਉਹ ਥੋੜਾ ਜਾਂ مایੁਸ ਹੋ ਗਿਆ। ਘਰ ਜਾਂਦਾ ਘਰ ਜਾ ਕੇ ਨਾ ਆਪਣੇ ਮਯੂਸ ਹੋ ਕੇ ਬੈਠਾ ਹੁੰਦਾ ਸੇਠਾਣੀ ਕੋਲ ਆਉਂਦੀ ਪੁੱਛਦੀ ਕੀ ਹੋਇਆ ਸਾਰੀ ਗੱਲ ਦੱਸਦਾ ਬਿਨ ਨਗਰ ਦੇ ਵਿੱਚ ਪਾਣੀ ਹੀ ਪਾਣੀ ਹੋ ਜਾਏਗਾ ਹਰ ਪਾਸੇ ਖੁਸ਼ਹਾਲੀ ਹੋ ਜਾਏਗੀ ਪਰ ਉਸ ਤੋਂ ਪਹਿਲਾਂ ਆਪਾਂ ਨੂੰ ਇਆਂ ਤਾਂ ਆਪਣੇ ਪੁੱਤ ਦੀ ਬਲੀ ਦੇਣੀ ਪੈਣੀ ਏ ਇਆਂ ਆਪਣੀ ਨੂੰਹ ਦੀ ਇਹ ਗੱਲ ਸੁਣਦਿਆ ਸਾਰ ਸੇਠਾਣੀ ਕਹਿੰਦੀ ਇਹਦੇ ਚ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ ਪੁੱਤ ਦੇੜਾ ਏ ਉਹ ਪੁੱਤ ਹੋਏਗਾ ਤੇ ਦੁਬਾਰਾ ਨੂੰਹ ਵੀ ਆ ਜਾਏਗੀ ਤੇ ਪੁੱਜੇ ਪੋਤੀ ਨਾ ਰਿਆ ਤੇ ਨੂੰਹ ਕਿਹੜੇ ਕੰਮ ਦੀ ਉਹ ਦੀ ਆਪਾਂ ਨਹੀਂ ਦੇਣੀ ਆਪਾਂ ਨਾਂ ਨੂੰ ਦੀ ਸਵੇਰੇ ਬਲੀ ਦੇ ਦਾਂਗੇ ਇਹ ਗੱਲ ਨਾਲ ਸਾਰੀ ਖੜੀ ਉਹਨਾਂ ਦੀ ਨੂੰ ਬਾਾਰ ਸੁਣਦੀ ਪਈ ਸੀ ਨੂੰ ਇਹ ਗੱਲ ਸੁਣ ਕੇ ਬੜੀ ਹੈਰਾਨ ਤੇ ਪਰੇਸ਼ਾਨ ਹੋ ਗਈ ਨੂੰ ਆਪਣੇ ਕਮਰੇ 'ਚ ਬੈਠ ਕੇ ਤੇ ਰੋਣ ਲੱਗ ਪਈ ਉਧਰੋਂ ਉਹਦਾ ਘਰ ਵਾਲਾ ਆਉਂਦਾ ਭਾਵ ਸੇਠ ਦਾ ਪੁੱਤ ਆਉਂਦਾ ਉਹ ਕਹਿੰਦਾ ਕੀ ਗੱਲ ਹੋ ਗਈ ਵੀ ਤੂੰ ਰੋਣ ਕਿਉਂ ਦੀ ਹੈ ਉਹ ਸਾਰੀ ਗੱਲ ਉਹਨੂੰ ਦੱਸ ਦਿੰਦਾ ਉਹ ਦੱਸਦੀ ਹੈ ਵੀ ਐਵੇਂ ਤੇਰੇ ਮਾਪਿਓ ਕੱਲ ਮੇਰੀ ਬਲੀ ਦੇ ਦੇਣਗੇ ਤੇ ਅੱਜ ਅੰਤਿਮ ਦੇਣੇ ਮੇਰੇ ਕੋਲ ਰੋਵਾਂ ਤੇ ਹੋਰ ਕੀ ਨਾ ਕਰਾਂ ਉਕੇ ਨਾ ਕਬਰਾਨਾ ਪ੍ਰਸ਼ਾਦਾ ਪਾਣੀ ਖਾ ਜਿਵੇਂ ਰਾਤ ਹੋਏਗੀ ਆਪਾਂ ਇੱਥੋਂ ਚਲੇ ਜਾਵਾਂਗੇ ਕਹਿੰਦੇ ਠੀਕ ਹੈ ਉਹ ਕੀ ਹੁੰਦਾ ਰਾਤ ਦੇ ਮੂਹ ਹਨੇਰੇ ਉੱਥੋਂ ਚਲੇ ਜਾਂਦੇ ਉੱਥੋਂ ਬੜੀ ਦੂਰ ਕਿਤੇ ਜਾ ਕੇ ਤੇ ਉੱਥੇ ਜਦੋਂ ਇੱਕ ਨਾ ਜੰਗਲ ਜਿਹਾ ਥੋੜਾ ਜਿਹਾ ਆਉਂਦਾ ਤੇ ਉੱਥੇ ਆਰਾਮ ਕਰਨ ਲੱਗ ਜਾਂਦੇ ਨੇ ਕਹਿੰਦੇ ਵੀ ਇੱਥੇ ਹੁਣ ਆਪਣੇ ਆਪਾਂ ਹੱਦ ਟਾਪ ਆਇਆ ਦਿਨ ਚੜਨ ਵਾਲਾ ਆਪਾਂ ਨੂੰ ਨਾ ਲੱਭ ਸਕਣਾ ਨਹੀਂ ਚਲ ਥੋੜਾ ਜਿਹਾ ਆਪਾਂ ਇੱਥੇ ਆਰਾਮ ਕਰ ਲਈ ਕਹਿੰਦੇ ਜਦੋਂ ਦੋਨੋਂ ਜਣੇ ਆਰਾਮ ਕਰਨ ਲੱਗਦੇ ਆ ਨਾ ਤਾਂ ਕਹਿੰਦੇ ਗਹਿਰੀ ਨੀਂਦ ਚ ਹੋ ਜਾਂਦੇ ਆ ਤੇ ਇੱਕ ਸਾ ਪਾ ਕੇ ਉਹਦੀ ਘਰ ਵਾਲੀ ਨੂੰ ਵੱਢ ਕੇ ਤੇ ਚਲਾ ਜਾਂਦਾ ਪੈਰ ਜਦੋਂ ਉਸ ਵੇਰੇ ਆਪ ਤੇ ਉੱਟ ਜਾਂਦਾ ਸੇੜਦਾ ਮੁੰਡਾ ਪਰ ਉਹਦੀ ਘਰ ਵਾਲੀ ਨਿਉਟਦੀ ਉਹਨੂੰ ਹੱਲੁੰਦਾ ਵੀ ਉੱਠ ਜਾ ਉੱਠ ਜਾ ਪਰ ਉਹਨੇ ਕਿੱਥੋਂ ਉੱਠਣਾ ਸੀ ਇੱਕਦਮ ਪੈਰ ਵੱਲ ਧਿਆਨ ਜਾਂਦਾ ਪੈਰ ਵੱਲ ਵੇਖ ਕੇ ਉਹ ਤੇ ਉੱਚੀ ਉੱਚੀ ਰੋਣ ਲੱਗ ਜਾਂਦਾ ਜਦੋਂ ਉੱਚੀ ਉੱਚੀ ਰੋ ਰਿਆ ਹੁੰਦਾ ਉਹੀ ਫਕੀਰ ਬਾਬਾ ਉੱਥੇ ਆਉਂਦਾ ਫਕੀਰ ਬਾਬਾ ਕਹਿੰਦਾ ਵੀ ਕੀ ਗੱਲ ਹੋ ਗਈ ਤਾਂ ਕਿ ਆ ਫਕੀਰ ਬਾਬਾ ਮੈਂ ਇਹਦੀ ਮੇਰੀ ਘਰ ਵਾਲੀ ਅਕਾਲ ਚਲਾਨੇ ਕਰ ਗਈ ਇਹਦੇ ਪੈਰ ਚੋਂ ਖੂਨ ਵਗੰਦੇ ਆ ਇਹਦੇ ਕਰਕੇ ਮੈਂ ਆਪਣਾ ਘਰ ਆਪਣੇ ਮਾਪਿਓ ਸਾਰਾ ਕੁਝ ਛੱਡ ਆਇਆ ਸੀ ਵੀ ਇਹਦੀ ਜਾਨ ਨਾ ਚਲੀ ਜਾਵੇ ਇਹਦੀ ਜਾਨ ਤਾਂ ਫਿਰ ਚਲੀ ਗਈ ਤੇ ਮੇਰੇ ਕੋਲ ਫਿਰ ਮੇਰੀ ਝੋਲੀ ਦੁਖੀ ਪੈ ਗਿਆ ਬਾਬਾ ਮੈਂ ਕੀ ਕਰਾਂ ਬਾਬੇ ਨੇ ਕਿਹਾ ਵੀ ਤੇਰਾ ਅਥਾ ਪੇਮ ਦੇਖ ਕੇ ਵੀ ਮੈਂ ਨਾ ਇਹਨੂੰ ਜਿਉਂਦੀ ਕਰ ਸਕਦਾ ਪਰ ਤੂੰ ਇਹ ਗੱਲ ਕਦੇ ਕਿਸੇ ਨੂੰ ਨਾ ਦੱਸੀ ਕਹਿੰਦਾ ਠੀਕ ਹੈ ਉਹ ਬਾਬੇ ਨੇ ਆਪਣੇ ਕੋਲ ਥੋੜਾ ਜਿਹਾ ਜਲ ਗੜਵੇ ਚ ਲੈ ਕੇ ਉਹਦੇ ਹੱਥ ਤੇ ਰੱਖਿਆ ਤੇ ਕਹਿੰਦਾ ਵੀ ਤੂੰ ਐਵੇਂ ਕਹਿ ਦੇ ਵੀ ਮੈਂ ਆਪਣੀ ਅੱਧੀ ਉਮਰ ਤੈਨੂੰ ਦੇ ਦਿੱਤੀ। ਉਹ ਕਹਿੰਦਾ ਠੀਕ ਹੈ। ਪਰ ਉਹਨੂੰ ਜਦੋਂ ਦੇਣ ਲੱਗਦਾ ਹੈ ਨਾ ਵੀ ਇਹ ਐਵੇਂ ਕਹਿ ਦੀ। ਕਹਿੰਦਾ ਪਰ ਤੂੰ ਇਤੋਂ ਕਦੀ ਇਹ ਚੀਜ਼ ਵਾਪਸ ਨਾ ਮੰਗੀ ਜੇ ਮੰਗੀ ਤਾਂ ਨਾਲ ਦੀ ਨਾਲ ਇਹਦੇ ਪ੍ਰਾਨ ਚਲੇ ਜਾਣਗੇ। ਕਹਿੰਦਾ ਠੀਕ ਹੈ। ਉਹ ਐਵੇਂ ਕਹਿੰਦਾ ਵੀ ਮੈਂ ਤੈਨੂੰ ਅੱਧੀ ਉਮਰ ਆਪਣੀ ਦਿੱਤੀ। ਇੰਨੀ ਕਹਿਣ ਦੀ ਧੀਰ ਸੀ ਤੇ ਉਹ ਉੱਠ ਕੇ ਖੜ ਜਾਂਦੀ। ਜਦੋਂ ਖੜੀ ਤਾਂ ਉਹ ਫਕੀਰ ਬਾਬਾ ਉੱਥੇ ਸਾਹਮਣੇ ਖੜਿਆ ਸੀ। ਫਕੀਰ ਬਾਬਾ ਉਹਦੀ ਘਰਾਂ ਦੇ ਵਿੱਚ ਦੇਖ ਕੇ ਕਹਿੰਦਾ ਧੀਏ ਤਿੰਨ ਚੀਜ਼ਾਂ ਕਦੇ ਕਿਸੇ ਨੂੰ ਨਾ ਦੇ ਉਹ ਅਣਸੁਣੀ ਕਰਕੇ ਗੱਲ ਤੇ ਉੱਥੋਂ ਚਲੀ ਜਾਂਦੀ ਹੈ ਹੁਣ ਕੀ ਹੁੰਦਾ ਹੈ ਵੀ ਉਹ ਦੋਨੋਂ ਜਣੇ ਜਦੋਂ ਅੱਗੇ ਜਾਂਦੇ ਨੇ ਅੱਗੇ ਉਹ ਕਹਿੰਦੀ ਵੀ ਆਪਾਂ ਰਾਤ ਦੇ ਤੁਰੇ ਆ ਮੈਂ ਤੇ ਰਾਤ ਵਿੱਚ ਅੱਜ ਤੱਕ ਰੋਟੀ ਨਹੀਂ ਖਾਧੀ ਮੈਨੂੰ ਭੁੱਖ ਲੱਗੀ ਤੇ ਪਿਆਸ ਵੀ ਲੱਗੀ ਉਹ ਕਹਿੰਦੇ ਸਾਹਮਣੇ ਵੇਖ ਧੂਆਂ ਧੂਆਂ ਜਾਂ ਦੇਖਦਾ ਪਿਆ ਤੇ ਜ਼ਰੂਰ ਕੋਈ ਨਾ ਕੋਈ ਹੋਣਾ ਹੈ ਉੱਥੇ ਇੱਕ ਛੋਟੀ ਜਿਹੀ ਝੌਂਪੜੀ ਬਣੀ ਹੁੰਦੀ ਹੈ ਤੇ ਮੰਝੇ ਤੇ ਬਾਹਰ ਇੱਕ ਨੌਜਵਾਨ ਬੈਠਾ ਹੁੰਦਾ ਹੈ ਉਹ dono ਉੱਥੇ ਜਾ ਕੇ ਕਹਿੰਦੇ ਵੀ ਸਾਨੂੰ ਪਾਣੀ ਪਿਆ ਦਿਓ ਉਹ ਕਹਿੰਦਾ ਉਹ ਸਾਹਮਣੇ ਖੂਦ ਦਿੱਸਦਾ ਉਹਦੇ ਵਿੱਚੋਂ ਬਾਲਟੀ ਸੱਟੋ ਤੇ ਪਾਣੀ ਪੀ ਲਓ ਉਹ ਆਪਣੀ ਘਰਲ ਨੂੰ ਕਹਿੰਦਾ ਵੀ ਤੂੰ ਇੱਥੇ ਖੜ ਮੈਂ ਇੱਥੇ ਪਾਣੀ ਲੈ ਆਉਣਾ ਤੂੰ ਕਿੱਥੇ ਧੁੱਪ ਚ ਜਾਏਂਗੀ ਉਹ ਉੱਥੇ ਖੜ ਜਾਂਦੀ ਉਹ ਨੌਜਵਾਨ ਉਹਨੂੰ ਆਂਦਾ ਕਹਿੰਦਾ ਵੀ ਤੂੰ ਇਹਦੇ ਨਾਲ ਕਿੱਥੇ ਇੰਨੀ ਤਿੱਖੜ ਦੁਪਹਿਰੇ ਫੇਰਦੀ ਪਈ ਏ ਤੂੰ ਸੋਹਣੀ ਵੀ ਹੈਗੀ ਏ ਮੈਨੂੰ ਗੁਨਾਹ ਵਾਲੀ ਵੀ ਲੱਗਦੀ ਏ ਤੇ ਤੂੰ ਕੀ ਇਹਦੇ ਪਿੱਛੇ ਪਈ ਹੋਈ ਏ ਉਹਨ ਸਾਰੀ ਗੱਲ ਦੱਸਦੀ ਐ ਵੀ ਐਵੇਂ ਇਹਦੇ ਨਾਲ ਵਿਆਹੀ ਹੋਈ ਆ ਵੀ ਮੇਰਾ ਨੂੰਹ ਸੋਰਾ ਮੈਨੂੰ ਮਾਰਨ ਨੂੰ ਫਿਰਦੇ ਸੀ ਮੈਂ ਤੇ ਭੱਜ-ਭੱਜ ਕੇ ਆਪਣੀ ਜਾਨ ਲੁਕਾਉਂਦੀ ਫਿਰਦੀ ਉਹ ਕਹਿੰਦਾ ਕਿਸੇ ਨਾ ਕਿਸੇ ਦਿਨ ਤਾਂ ਤੁਹਾਨੂੰ ਆਪਣੇ ਨਗਰ ਜਾਣਾ ਹੀ ਪੈਣਾ ਤੇ ਉਦੋਂ ਵੀ ਤਾਂ ਤੇਰੀ ਜਾਨ ਉਹਨਾਂ ਲੈਣੀ ਹੀ ਲੈਣੀ ਐ ਉਹ ਕਹਿੰਦੀ ਫਿਰ ਕੀ ਕਰਾਂ ਕਹਿੰਦਾ ਐਵੇਂ ਕਰ ਤੂੰ ਆਪਣਾ ਇਹਨੂੰ ਨਾ ਖੂਹ ਦੇ ਵਿੱਚ ਖੜਾ ਓਥੇ ੱਤਕਾ ਦੇ ਦੇ ਨਾ ਇਹ ਰਹੇਗਾ ਤੇ ਨਾ ਹੀ ਤੇਰੀ ਕੋਈ ਜਾਨ ਲਵੇਗਾ ਉਹ ਜਾਂਦੀ ਐ ਤੇ ਉਹਨੂੰ ਖੂਹ ਦੇ ਵਿੱਚ ੱਤਕਾ ਦੇ ਕੇ ਤੇ ਉਥੋਂ ਆ ਜਾਂਦੀ ਐ ਉਥੋਂ ਦੋਨੋਂ ਜਣੇ ਚਲੇ ਜਾਂਦੇ ਨੇ ਉਹ ਜਦੋਂ ਖੂਚ ਡੇਗਦਾ ਨਾ ਤੇ ਖੂਚ ਨਿੱਕੀਆਂ ਨਿੱਕੀਆਂ ਪੋੜੀਆਂ ਬਣੀਆਂ ਹੁੰਦੀਆਂ ਤੇ ਉਹਦੇ ਨਾਲ ਹੱਥ ਪੈ ਜਾਂਦਾ। ਕਹਿੰਦੇ ਉਸ ਸਮੇਂ ਤੇ ਸ਼ਾਮ ਹੋ ਗਈ। ਸ਼ਾਮ ਨੂੰ ਕੀ ਹੋਇਆ ਵੀ ਭੇਡਾਂ ਚਾਰਨ ਆ ਲੈ ਆਉਂਦੇ ਨੇ। ਭੇਡਾਂ ਚਾਰਨ ਆ ਲੈ ਕਹਿੰਦੇ ਵੀ ਪਾਣੀ ਦੀ ਤਰ੍ਹਾਂ ਲੱਗੀਏ ਤੇ ਪਾਣੀ ਪੀਏ। ਕਹਿੰਦੇ ਪਾਣੀ ਦਾ ਜਿਵੇਂ ਜੜੀ ਬਾਲਟੀ ਵਿੱਚ ਛੱਟਦੇ ਨੇ ਨਾ ਤੇ ਉਹਦੇ ਨਾਲ ਲਮਕ ਜਾਂਦਾ। ਉਹਦੇ ਨਾਲ ਲਮਕਿਆ ਤੇ ਉਹ ਵਿੱਚੋਂ ਉਹ ਕਹਿੰਦੇ ਵੀ ਬਾਲਟੀ ਨਹੀਂ ਭਾਰੀ ਕਿਵੇਂ ਹੋਗੀ? ਵਿੱਚੋਂ ਆਵਾਜ਼ ਲਗਾਉਂਦਾ ਕਿ ਰਾਤ ਦੇ ਹਨੇਰੇ ਕਰਕੇ ਵਿੱਚ ਦੇਖਿਆ ਤੁਸੀਂ ਬਾਹਰ ਕੱਢ ਦਿਓ। ਉਹਨੂੰ ਬਾਹਰ ਕੱਢ ਦਿੰਦੇ ਆ। ਪੁੱਛਦੇ ਆ ਵੀ ਕਿਵੇਂ ਆ? ਕਿੰਦਾ ਵੀ ਮੈਂ ਨਾ ਕੰਮ ਲੱਭਦਾ ਪਿਆ ਸੀ ਤੇ ਕੰਮ ਲੱਭਣ ਦੇ ਚੱਕਰ ਚ ਅੱਗੇ ਦਿਖਿਆ ਨਹੀਂ ਤੇ ਮੈਂ ਵਿੱਚ ਡੇਕਿਆ ਉਹ ਕਹਿੰਦੇ ਕੰਮ ਲੱਭਦਾ ਕਹਿੰਦੇ ਹਾਂ ਕਹਿੰਦੇ ਕੰਮ ਤੇ ਨੂੰ ਅਸੀਂ ਦਵਾ ਦਿੰਨੇ ਆ ਉਹਨਾਂ ਦੇ ਘਰ ਦੇ ਨਾਲ ਇੱਕ ਸੇਠ ਦਾ ਘਰ ਹੁੰਦਾ ਉਹ ਮੱਝਾਂ ਗਾਵਾਂ ਸਾਂਭਣ ਦਾ ਕੰਮ ਉਹਨੂੰ ਦੇ ਦਿੰਦਾ ਮੁੱਦਰ ਜਿੜੀਓ ਦੀ ਘਰ ਵਾਲੀ ਹੁੰਦੀ ਏ ਉਹਨੂੰ ਲਿਜਾ ਕੇ ਉਹ ਇੱਕ ਥਾਂ ਤੇ ਕੀ ਕਰਦਾ ਹੈ ਵੀ ਉਹਨੂੰ ਜਿਹੜੇ ਰਾਜੇ ਹੁੰਦੇ ਨੇ ਨਾ ਉਹਨਾਂ ਨੇ ਵੀ ਉਹ ਉਹਨੇ ਨੱਚਣ ਵਾਲੀਆਂ ਰੱਖੀਆਂ ਹੁੰਦੀਆਂ ਨੇ ਤੇ ਉਹਦੇ ਵਿੱਚ ਉਹਦੀ ਘਰ ਵਾਲੀ ਨੂੰ ਜਾ ਕੇ ਲਾ ਦਿੰਦਾ ਕਹਿੰਦੇ ਵੀ ਉਸੇ ਨਗਰ ਦੇ ਰਾਜੇ ਦੇ ਕੋਲ ਨਾ ਕੀ ਹੁੰਦਾ ਵੀ ਉਹਦੇ ਘਰ ਪੁੱਤਰ ਦਾ ਜਨਮ ਹੁੰਦਾ ਤੇ ਉਹਨੇ ਉਸ ਦਿਨ ਸਾਰੇ ਨਗਰ ਨੂੰ ਬੁਲਾਇਆ ਹੁੰਦਾ ਉਹਦਾ ਨਾਚ ਦੇਖਣ ਲਈ ਕਹਿੰਦੇ ਤਦ ਉਹ ਸੇਠ ਨੂੰ ਵੀ ਸਾਥ ਦੇ ਨੇ ਉਸ ਸੇਠ ਕਹਿੰਦਾ ਵੀ ਤੂੰ ਵੀ ਮੇਰੇ ਨਾਲ ਚੱਲ ਵੀ ਸ਼ਾਮ ਦਾ ਕੰਮ ਤੇ ਸਾਰਾ ਹੋ ਗਿਆ ਡੰਗਰਾਂ ਦਾ ਤੇ ਮੇਰੇ ਨਾਲ ਚੱਲ ਤੇ ਉੱਥੇ ਨਾਚ ਵੇਖ ਕੇ ਉਹ ਕਹਿੰਦਾ ਠੀਕ ਹੈ ਜਦੋਂ ਜਾਂਦੇ ਨੇ ਉੱਥੇ ਜਾ ਕੇ ਦੇਖਦਾ ਉਹਦੀ ਸਭ ਤੋਂ ਪਹਿਲਾਂ ਨਿਗਾਹ ਕਿਉਂਕਿ ਉਹ ਜਿਹੜਾ ਜਿਹਦੇ ਘਰ ਕੰਮ ਕਰਦਾ ਹੁੰਦਾ ਰਾਜੇ ਦੇ ਬੜੇ ਕਰੀਬੀ ਹੁੰਦਾ ਹੈ ਇਸ ਕਰਕੇ ਜਦੋਂ ਉਹਦੇ ਨਿਗਾ ਪੈਂਦੀ ਹੈ ਨਾ ਤੇ ਉਹ ਰਾਜੇ ਦੇ ਨਾਲ ਬੈਠਾ ਹੁੰਦਾ ਤੇ ਉਹਨੇ ਵੀ ਆਪਣੀ ਪਤਨੀ ਨੂੰ ਪਹਿਚਾਨ ਲਿਆ ਹੁੰਦਾ ਉਹ ਕਹਿੰਦੀ ਵੀ ਰਾਜਾ ਵੀ ਮੈਂ ਅੱਜ ਇੱਥੇ ਨਾਚ ਨਹੀਂ ਕਰਨਾ ਉਹ ਕਹਿੰਦੇ ਕਿਉਂ ਕਹਿੰਦੀ ਇੱਥੇ ਇੱਕ ਐਸਾ ਜਣਾ ਹੈ ਵੀ ਜਿਨੇ ਮੇਰੇ ਸਾਰਾ ਸੋਨਾ ਗੱਟਾ ਚਰਾ ਲਿਆ ਤੇ ਜਦੋਂ ਉਹ ਮੈਨੂੰ ਵਾਪਸ ਕਰੇਗਾ ਮੈਂ ਤਾਂ ਹੀ ਨਾਚ ਕਰਾਂਗੀ ਜੇ ਉਹ ਤੁ ਸਜਾ ਦੇਵੇਗਾ ਉਹ ਕਹਿੰਦਾ ਵੀ ਗੱਲ ਦੱਸ ਵੀ ਕਿੰਨੇ ਕੀਤਾ ਵੀ ਮਹੁਨੇ ਉਹਨੂੰ ਸਜਾ ਦੇਣਾ ਉਹ ਉਸੇ ਭਾਵ ਉਸੇ ਢੇਡ ਤੇ ਕਰ ਜਿਹੜਾ ਕੰਮ ਕਰਦਾ ਉਹਦੇ ਉਂਗਲ ਕਰ ਦਿੰਦੀ ਉਹ ਕਹਿੰਦਾ ਰਾਜਾ ਵੀ ਮੈਂ ਕੁਝ ਨਹੀਂ ਕੀਤਾ ਉਹ ਕਹਿੰਦਾ ਵੀ ਜੇ ਇਹਨੂੰ ਲੱਗਦਾ ਵੀ ਮੈਂ ਚੋਰੀ ਕੀਤੀ ਹੈ ਨਾ ਇਹਨੂੰ ਐਵੇਂ ਕਹ ਇਹਨੂੰ ਪਹਿਲਾਂ ਲਗਾਇਆ ਵੀ ਇਹ ਆਪਣੇ ਹੱਥ ਚ ਪਾਣੀ ਫੜ ਕੇ ਐਵੇਂ ਕਹਦੇ ਵੀ ਮੈਂ ਜੋ ਵੀ ਇਹਨੂੰ ਦਿੱਤਾ ਹੈ ਨਾ ਮੇਰੇ ਕੋਲ ਜੋ ਕੁਝ ਲਿਆ ਇਹਨੇ ਉਹ ਮੇਰਾ ਵਾਪਸ ਕਰ ਦੇ ਉਹ ਐਵੇਂ ਕਹਿੰਦੀ ਹੈ ਤੇ ਨਾਲ ਦੀ ਨਾਲ ਪ੍ਰਾਣ ਚਲੇ ਜਾਂਦੇ ਰਾਜਾ ਕਹਿੰਦਾ ਤੂੰ ਚੋਰ ਦੇ ਨਾਲ ਕੋਈ ਵੱਡਾ ਸਾਧ ਤਾੰਤ੍ਰਿਕ ਵੀ ਹੈ ਵੀ ਸਾਰਿਆਂ ਦੇ ਪ੍ਰਾਣ ਲਈ ਜਾਂਦੇ ਤੂੰ ਤੇ ਖਤਰੇ ਦਾ ਘਰ ਹੈ ਉਹ ਕਹਿੰਦਾ ਨਹੀਂ ਉਹਨੂੰ ਸਾਰੀ ਗੱਲ ਦੱਸਦਾ ਮੈਂ ਫਲਾਣੇ ਦੇਸ਼ ਦਾ ਰਾਜਾ ਤੇ ਮੈਂ ਇਸ ਥਾਂ ਤੇ ਆਇਆ ਉਸੇ ਨਗਰ ਦੇ ਵਿੱਚ ਉਸੇ ਆਪਣੇ ਜਿਹਦੇ ਰਾਜ ਦੇ ਕਰ ਮੁੰਡੇ ਦਾ ਜਨਮ ਹੋਇਆ ਹੁੰਦਾ ਉੱਥੇ ਉਹਨੇ ਉਹੀ ਫਕੀਰ ਬਾਬੇ ਨੂੰ ਸੱਦਿਆ ਹੁੰਦਾ ਤੇ ਫਕੀਰ ਬਾਬਾ ਉਹਦੇ ਜਿਹਦੇ ਮੁੰਡੇ ਦਾ ਨਾਮ ਰੱਖਦਾ ਤੇ ਨਾਲ ਕਹਿੰਦਾ ਵੀ ਕਦੇ ਵੀ ਆਪਣੇ ਪੁੱਤ ਤਿੰਨ ਚੀਜ਼ਾਂ ਕਿਸੇ ਨੂੰ ਨਾ ਦੇਵੀਂ ਉਹ ਰਾਜੇ ਦਾ ਪੁੱਤ ਨਾ ਬੜਾ ਹੈਰਾਨ ਪਰੇਸ਼ਾਨ ਹੋ ਜਾਂਦਾ ਕਹਿੰਦਾ ਬਾਬਾ ਜਦੋਂ ਤੋਂ ਮੈਂ ਵੱਡਾ ਹੋਇਆ ਵਾਂ ਮੈਂ ਉਦੋਂ ਤੋਂ ਤੇਰੇ ਮੁਖ ਤੋਂ ਸੁਣਦਾ ਪਿਆ ਵਾਂ ਵੀ ਤਿੰਨ ਚੀਜ਼ਾਂ ਕਿਸੇ ਨੂੰ ਨਾ ਦੋ ਤਿੰਨ ਚੀਜ਼ਾਂ ਕਿਸੇ ਨੂੰ ਨਾ ਦੋ ਅੱਜ ਤੋਂ ਦੱਸ ਉਹ ਤਿੰਨ ਚੀੜੀਆਂ ਚੀਜ਼ਾਂ ਹੈ ਕਿਹੜੀਆਂ ਨੇ ਉਹ ਕਿੰਦਾ ਕਿੰਦਾ ਪੁੱਤ ਜੇ ਇਹ ਚੀਜ਼ ਤੂੰ ਪਹਿਲਾਂ ਪੁੱਛ ਲੈਂਦਾ ਨਾ ਤੇ ਤੂੰ ਅੱਜ ਇੰਨਾ ਜਿਹੜਾ ਇੰਨਾ ਕੁਝ ਤੇਰੀ ਜ਼ਿੰਦਗੀ ਚ ਵਾਪਰਿਆ ਨਾ ਥੋਰੇ ਨਾਲ ਵਾਪਰਨਾਂ ਨਹੀਂ ਸੀ ਤੂੰ ਸੁਖੀ ਹੋਣਾ ਸੀ ਕਿੰਦਾ ਰਾਜਾ ਉਹ ਕਿੰਦਾ ਫਕੀਰ ਬਾਬਾ ਹੁਣ ਦੱਸ ਦੋ ਵੀ ਹੁਣ ਸੁਖੀ ਹੋ ਜਾ ਕਹਿੰਦਾ ਪਹਿਲੀ ਚੀਜ਼ ਹੈ ਧੋਖਾ ਨਾ ਦੋ ਤੇਰੀ ਘਰ ਵਾਲੀ ਨੇ ਤੇਰੇ ਨਾਲ ਧੋਖਾ ਕੀਤਾ ਉਹ ਤੈਨੂੰ ਖੂਚ ਛੱਡ ਕੇ ਚਲੀ ਗਈ ਤੇ ਉਹਨੇ ਤੇਰੇ ਨਾਲ ਧੋਖਾ ਕੀਤਾ ਤੇ ਅੱਜ ਉਹਦਾ ਇਹ ਮਾੜਾ ਹਸ਼ਰ ਹੋਇਆ ਜੋ ਵੀ ਕਿਸੇ ਨਾਲ ਧੋਖਾ ਕਰਦਾ ਹੈ ਮੁੜ ਕੇ ਧੋਖਾ ਉਹਦੇ ਕੋਲ ਜ਼ਰੂਰ ਹੁੰਦਾ ਹੈ ਦੂਜੀ ਚੀਜ਼ ਕਦੇ ਵੀ ਕਿਸੇ ਨੂੰ ਗਲਤ ਸਿਖਿਆ ਜਾਂ ਗਲਤ ਨਾ ਬੋਲੋ ਜੋ ਜਦੋਂ ਵੀ ਕੋਈ ਆਪਾ ਆਪਣੇ ਜਵਾਬ ਹੁੰਨੀਆ ਕਿਸੇ ਨੂੰ ਵੀ ਗਲਤ ਸਿਖਿਆ ਦਿੰਨੇ ਆ ਤੇ ਮੁੜ ਚੋ ਕੇ ਉਹ ਆਪਣੇ ਕੋਲ ਹੀ ਆਉਂਦੀ ਤੀਜੀ ਚੀਜ਼ ਕਿਸੇ ਨੂੰ ਦੁੱਖ ਨਾ ਦਿਵੋ ਤੇਰੀ ਘਰ ਵਾਲੀ ਨੇ ਤੈਨੂੰ ਦੁੱਖ ਦਿੱਤਾ ਤੇ ਦੇਖ ਆਪਣੇ ਪ੍ਰਾਣਾ ਤੋਂ ਚਲੇਗੀ ਇਸ ਲਈ ਇਹ ਤਿੰਨ ਚੀਜ਼ਾਂ ਨਾ ਕਿਸੇ ਨੂੰ ਧੋਖਾ ਦਿਵੋ ਨਾ ਹੀ ਕਿਸੇ ਨੂੰ ਗਲਤ ਸਿਖਿਆ ਦਿਵੋ ਤੇ ਨਾ ਹੀ ਕਿਸੇ ਨੂੰ ਦੁੱਖ ਦਿਵੋ ਤੁਹਾਡੇ ਵੱਲੋਂ ਦਿੱਤੀਆਂ ਇਹ ਤਿੰਨ ਚੀਜ਼ਾਂ ਤੁਹਾਡੇ ਘਰ ਦੀ ਸਾਰੀ ਬਰਕਤ ਖਾ ਜਾਏਗੀ ਇਸ ਕਰਕੇ ਜਿੰਨਾ ਹੋ ਸਕੇ ਇਹ ਤਿੰਨ ਚੀਜ਼ਾਂ ਤੋਂ ਬਚੋ ਇਹ ਤਿੰਨ ਚੀਜ਼ਾਂ ਕਿਸੇ ਨੂੰ ਨਾ ਦੋਵੋ